सल अला नबीना सलेअ मोहम्मद सले शफीना सल्ले सलेअलाहम्म मदिन और किसकी दम बरे सिफत रसूल की करे जिस पर खुदा ने खुद कहा सल्ले आला मुहमदिन सले आलान ओज बिवाजीम बिस्मिल्लाम मेरे दोस्तों मेरे बुजुर्गों तो मेरे इस्लामी भैन भ्राओ बच्चों आज तक मैं अगर कि बच्चा कोई ज़्यादा असरार मैं फोन करके थे। तो हूँ बच्चा अमल मनना चाहते हो ਸੂਰਤ ਫੀਲ ਬਾ ਮੌਕਲ ਦਾ ਫਿਰ ਬੱਚੋ ਇਹਦੇ ਲਈ ਇਜਾਜ਼ਤ ਬਹੁਤ ਜ਼ਰੂਰੀ ਹੈਗੀ ਤੁਹਾਨੂੰ ਦੱਸ ਤਾ ਇਹਦੀ ਤੁਹਾਨੂੰ ਇਜਾਜ਼ਤ ਲੈਣ ਉਸ ਮੈਨੂੰ ਰਾਫਤ ਕਰਨਾ ਪਏਗਾ ਰਾਫਤ ਰੱਖ ਕੇ ਤੇ ਫਿਰ ਹੀ ਤੁਹਾਨੂੰ ਮੈਂ ਜਾਜ਼ਤ ਦੇਣੀ ਤੇ ਮੈਂ ਇਜਾਜ਼ਤ ਨਹੀਂ ਦੇਣੀ ਤੁਹਾਨੂੰ ਦੱਸ ਠੀਕ ਹੈ ਤੇ ਸੂਰਤ ਫੀਲ ਤੁਹਾਨੂੰ ਮੈਂ ਇੱਕ ਵਾਰ ਪੜ ਕੇ ਦੱਸ ਦੇਣਾ ਫਿਰ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਤੁਸੀਂ ਆਪਣਾ ਇਹਨੂੰ ਯਾਦ ਕਰ ਲੈਣਾ ਚੰਗੀ ਤਰ੍ਹਾਂ ਤੇ ਫਿਰ ਮੈਨੂੰ ਰਾਫਤ ਕਰਿਓ ਫਿਰ ਤੁਹਾਨੂੰ ਮੈਂ ਇਜਾਜ਼ਤ ਦੇਣੀ ਜਿਹਦੇ ਤੇ ਫਿਰ ਤੁਸੀਂ ਇਹਦੇ ਇਨਸ਼ਾਅੱਲਾ ਹਮਿਲ ਬਨੋਗੇ ਇਹਦੇ ਕਾਟੂ ਕਾਟ 20 ਫਾਇਦੇ ਨੇ ਦੁਨੀਆ ਦੁਨੀਆ ਤੇ ਆਖਰਤ ਤੇ ਫਾਇਦਾ ਹੈ ਹੀ ਕੁਰਾਨ ਪੜ੍ਹਨ ਦਾ ਤੁਹਾਨੂੰ ਪਤਾ ਹੀ ਹੈ ਤੇ ਬੱਚੋ ਤੁਹਾਨੂੰ ਸੂਰਤ ਤਨਫੀਲ ਪੜ੍ਹ ਕੇ ਦੱਸ ਦਿਨਾ ਬਾਪਾ ਕਿਸਨਾ ਪੜ੍ਹਨੀ ਪੜਨੀ ਕਰਨੀ ਬਿਸਮਿਲ੍ਲਾ ਰਹਿਮਾਨਿਰ ਰਹੀਮ ਅਲਮ ਤਾਰਕਾਇਫਾ ਯਾ ਜਿਬਰਾਇਲ ਫਾਉਲ ਰਬੂ ਕਾ ਯਾ ਸ਼ਮਸ਼ਾਇਲਾ ਬਿ ਅਸਹਾਬਿਲ ਫੀਲ ਯਕਨ ਕਾਇਲ ਅਲਮ ਯਜ ਅਲਕਾਇਦਹੁਮ ਯਲਮਾਇਲ ਫੀ ਤਜ਼ਲਿਯਾਮਾਇ ਕਾਇਲ ਵ ਅਰਸਲ ਅਲੈਹਿਮ ਤਾਇਰਨ ਅਬਾਬੀਲ ਯਸਰਮਾਇਲ ਤਰਮੀ ਬਹਿਜਾਰਤਿਂ ਬਾਬਦੂ ਹੋ ਮਿਨ ਸਜੀਲ ਯਕਫ ਕਾਇਲ ਫਜਆ ਅਲਹੁਮ ਕ ਅਸਮ ਮਕੂਲ ਜੋ ਬੱਚੋ ਇਹਨੂੰ ਚੰਗੀ ਤਰ੍ਹਾਂ ਇਸਨੂੰ ਸੁਣ ਕੇ ਵੀਡੀਓ ਨੂੰ ਯਾਦ ਕਰਕੇ ਤੇ ਫਿਰ ਇਹਨੂੰ ਕਮ ਸੋ ਕਮ 70 ਦਫਾ ਜਾਂ 170 ਦਫਾ ਜਾਂ 100 ਦਫਾ ਤਿੰਨਾ ਤਦਾਦਾਂ ਵਿੱਚੋਂ ਇੱਕ ਤਦਾਦ ਤੁਸੀਂ ਪੱਕੀ ਰੱਖਣੀ ਠੀਕ ਹੈ ਤੋ ਬਕਾਇਦ ਉਸ ਨੂੰ ਯਾਦ ਹੋ ਜੇਗੀ ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਇਹਦੇ ਬਾਰੇ ਪੁੱਛ ਲੈਣਾ ਬਾਬਾ ਜੀ ਕਿੰਨੀ ਤਦਾਦ ਕਿੱਥੇ ਤੱਕ ਜਾਣੀ ਹੈ ਦੋਸਤੋ 20 ਫਾਇਦਾ ਜਿਹੜੇ ਹੈਗਾ ਜੀ ਜੇ ਤੁਸੀਂ ਪੜੋਗੇ ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋ ਜਾਏਗਾ 20 ਫਾਇਦੇ ਕਿਹੜੇ ਕਿਹੜੇ ਦੀਨ ਦੁਨੀਆ ਤੁਸੀਂ ਇਨਸ਼ਾਅੱਲਾ ਤੁਸੀਂ ਪੜੋਗੇ ਲੋ ਬੱਚੇ ਜਿਸ ਨੇ ਵੀ ਇਹਦਾ ਅਮਲ ਪੜਨਾ ਬਾ ਮੋਕਲ ਸੂਰਤ ਫੇਲਾ ਤੇ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ رابطہ ਕਰਨਾ ਮੈਂ ਇਨਸ਼ਾਅੱਲਾ ਤੁਹਾਨੂੰ ਮੈਂ WhatsApp ਨੰਬਰ ਤੁਹਾਨੂੰ ਮੈਂ ਦੱਸ ਦੱਸ ਦਾਂ ਤੇ ਬੱਚਿਓ ਹੋਰ ਤੁਸੀਂ ਇਹਨੂੰ ਜਦੋਂ ਪੜ੍ਹ ਲੋਗੇ ਤੇ ਫਿਰ ਤੁਸੀਂ ਬਾਬੇ ਆਪ ਨੂੰ ਦਵਾਵਾਂ ਜ਼ਰੂਰ ਦੋ ਕਰੋਗੇ ਤੁਹਾਨੂੰ ਦੱਸਾਂ ਤੇ ਦੋਸਤੋ ਇੱਕ ਦੂਸਰੇ ਨੰਬਰ ਤੁਹਾਨੂੰ ਮੈਂ ਦੱਸਣ ਲੱਗਾ ਵੀ ਅੱਜ ਅੱਜਕੱਲ੍ਹ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ ਮੈਂ ਦਮਸ਼ਕ ਮਦਰ ਇਹਨਾਂ ਕਟਾ ਦਿੱਤੇ ਹੋਏ ਨੇ ਕਰਨੇ ਤੇ ਬੱਚੋ ਕੋਈ ਬੜਾ ਹੀ ਅਰਜੈਂਟ ਬੰਦਾ ਐਮਰਜੈਂਸੀ ਕੋਈ ਐਸਾ ਹੋਵੇ ਤੇ ਉਹ ਮੈਨੂੰ ਵਟਸਐਪ ਤੇ ਕਾਲ ਕਰਕੇ ਤੇ ਆਪਣਾ ਦੱਸ ਦੇਵੇ ਤੇ ਮੈਂ ਉਹਨੂੰ ਟਾਈਮ ਦੱਸਦਾਗਾ ਤੇ ਮੈਂ ਉਸ ਤੋਂ ਬਾਅਦ ਦੇ ਘੰਟੇ ਪੋਣੇ ਜਦੋਂ ਵੀ ਹੋਊਗਾ ਮੈਂ ਉਹਨੂੰ ਆਖੋ ਨੂੰ ਡਾਕਟਰ ਇਨਸ਼ਾਅੱਲਾ ਫੋਨ ਕਰਕੇ ਕਰ ਦੇਵਾਂਗਾ ਠੀਕ ਹੈ ਲੋ ਬੱਚੋ ਇਹਨੂੰ ਯਾਦ ਰੱਖੋ ਉਸ ਤੋਂ ਬਾਅਦ 11ਵੇਂ ਸ਼ਰੀਫ ਚੰਦੀ 10 ਨੂੰ ਹੁੰਦੀ ਜੇ ਚੰਦੀ 10 ਤਰੀਕ ਨੂੰ ਤੁਸੀਂ 89 ਨੂੰ ਤੁਸੀਂ ਆਪਣਾ ਹਿੱਸਾ ਜਰਾ ਕਲਾਣਾ ਤੁਸੀਂ ਬੇਸਿਕ ਕਲਾ ਦੇਣਾ ਕਰਨਾ ਠੀਕ ਹੈ ਜਿਆਦ ਕੋਡ ਵੀ ਤੁਹਾਨੂੰ ਪਤਾ ਬਣਾ ਦਿੱਤਾ ਐਸੇ ਨੰਬਰ ਜਿਹੜਾ ਮੇਰਾ 4 ਇਹਦੇ ਤੇ ਹੈਗਾ ਜੇ WhatsApp ਨੰਬਰ ਲੋ ਬੱਚੋ ਇਹਨੂੰ ਯਾਦ ਰੱਖਣਾ ਜੇ ਤੇ ਫਿਰ ਬਕਾਇਆ ਅਸਲਾਮੁਅਲੈਕੁਮ